वीडियो शुरू होने से पहले आपको एक गेमिंग एप्लीकेशन के बारे में बताना चाहता हूं जिसमें आप बहुत सारा पैसा कमा सकते हैं इसमें आपने अपने आई क्यू लेवल को यूज़ करना है और यहां आप सिर्फ दो सौ रुपये से शुरुआत कर सकते हैं और यहां आप जितना इन्वेस्ट करोगे उसका नौ गुना ज़्यादा आपको प्रॉफिट होगा यानी अगर आप दस रुपये इन्वेस्ट करोगे तो आपको नब्बे रुपये का प्रॉफिट होगा अपने जीतने के चांस इनक्रीज़ करने के लिए आप लास्ट विनिंग नंबर लिस्ट चेक कर सकते हैं तो इसका लिंक आपको डिस्क्रिप्शन बॉक्स में मिल जाएगा ਅਭੀ ਸੇ ਇਸਕੋ ਡਾਊਨਲੋਡ ਕੀਜੀਏ ਔਰ ਅਭੀ ਸੇ ਆਪਣਾ ਪੈਸਕ ਮਨਾ ਸ਼ੁਰੂ ਕਰ ਸਕਤੇ ਹਨ ਹੈਲੋ ਸਟੂਡੈਂਟਸ ਵੈਲਕਮ ਟੂ आवर YouTube ਚੈਨਲ ਸੋ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੇ ਵੱਲੋਂ ਐਂਟੀਟੀ ਦਾ ਅਫੀਸ਼ੀਅਲ ਸਿਲੇਬਸ ਜਾਰੀ ਕਰ ਦਿੱਤਾ ਗਿਆ ਤਾਂ ਉਸ ਦੇ ਰਿਗਾਰਡਿੰਗ ਨੋਟੀਫਿਕੇਸ਼ਨ ਦਿੱਤਾ ਗਿਆ ਨਾਲ ਹੀ ਅਸੀਂ ਸਿਲੇਬਸ ਨੂੰ ਦੇਖਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਐਂ ਜੇਕਰ ਤੁਸੀਂ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਇਸ ਤੋਂ ਇਲਾਵਾ ਤੁਸੀਂ ਇੰਸਟਾਗ੍ਰam 'ਤੇ ਵੀ ਫੋਲੋ ਕਰ ਸਕਦੇ ਹੋ ਜਿਸ ਦਾ ਯੂਜ਼ਰ ਨੇਮ ਹੈ Indian Education Union ਐਂਡ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਹੁਣ ਪੂਰੀ ਅਪਡੇਟ ਨੂੰ ਅਸੀਂ ਦੇਖਦੇ ਹਾਂ ਸੋ ਇਸ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਜੋ 21 12 2020 ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਯਾਨੀ ਕਿ ਔਨਲਾਈਨ ਅਪਲਾਈ ਕਰ ਸਕਦੇ ਸੀ ਥੈਨ 5 ਡੇਟ ਨੂੰ ਅਫੀਸ਼ੀਅਲ ਸਿਲੇਬਸ ਰਿਲੀਜ਼ ਕੀਤਾ ਗਿਆ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੀ ਵੈਬਸਾਈਟ ਦੇ ਉੱਪਰ ਤਾਂ ਹੁਣ ਸਿਲੇਬਸ ਨੂੰ ਅਸੀਂ ਦੇਖਦੇ ਹਾਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਜਨਰਲ ਨੌਲੇਜ ਐਂਡ ਕਰੰਟ ਅਫੇਅਰਸ ਤਾਂ 15 ਨੰਬਰ ਦਾ ਤੁਹਾਨੂੰ ਇਹ ਪਾਰ ਜੋ ਕਿ میٹرਿਕ ਲੈਵਲ ਯਾਨੀ ਕਿ 10th ਲੈਵਲ ਤੱਕ ਦੀ ਤੁਹਾਨੂੰ ਹਿਸਟਰੀ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਇਦਾਂ ਦੇ ਜੋ ਸਬਜੈਕਟ ਤੁਹਾਡੇ ਲਈ ਆਉਣਗੇ ਐਂਡ ਨਾਲ ਹੀ ਕਰੰਟ ਅਫੇਅਰ ਹੋਵੇਗਾ ਜਨਰਲ ਸਾਇੰਸ ਆਵੇਗੀ میٹرਿਕ ਲੈਵਲ ਤੱਕ ਇਸ ਤੋਂ ਬਾਅਦ ਗੱਲ ਕਰੀਏ ਮੈਂਟਲ ਅਬਿਲਿਟੀ ਐਂਡ ਰੀਜ਼ਨਿੰਗ 10 ਨੰਬਰ ਦੀ ਆਵੇਗੀ ਥੈਨ 5-5 ਨੰਬਰ ਦੀਆਂ ਤੁਹਾਡੀਆਂ ਜੋ ਪੰਜਾਬੀ ਇੰਗਲਿਸ਼ ਹਿੰਦੀ ਲੈਂਗੁਏਜਸ ਆਣਗੀਆਂ ਥੈਨ 20 ਨੰਬਰ ਦੀ ਚਾਈਲਡ ਡਿਵੈਲਪਮੈਂਟ ਐਂਡ ਸਾਈਕੋਲੋਜੀ ਆਵੇਗੀ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕੁਝ ਹੋਰ ਸਿਲੇਬਸ ਦਿੱਤਾ ਗਿਆ ਹੈ ਦੇ ਵਿੱਚ ਪਾਲਿਸੀਜ਼ ਐਂਡ ਪ੍ਰੋਗਰਾਮਸ ਰਿਲੇਟਡ ਵਿਦ ਦੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਤਾਂ ਇਹ 15 ਨੰਬਰ ਦਾ ਆਵੇਗਾ ਨਾਲ ਹੀ ਕਰਿਕੂਲਮ ਆਫ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਐਂਡ ਟੀਚਿੰਗ ਲਰਨਿੰਗ ਪ੍ਰੋਸੈਸ ਇਹ 25 ਨੰਬਰ ਦਾ ਆਵੇਗਾ ਸੋ ਇਹ ਸੀ ਪੂਰਾ ਸਿਲੇਬਸ ਸੋ ਇਸ ਨੂੰ ਤੁਸੀਂ ਪ੍ਰਿਪੇਅਰ ਕਰ ਸਕਦੇ ਹੋ ਮੈਟ੍ਰਿਕ ਲੈਵਲ ਯਾਨੀ ਕਿ 10th ਲੈਵਲ ਤੱਕ ਦਾ ਸਿਲੇਬਸ ਦਿੱਤਾ ਗਿਆ ਇਸ ਤੋਂ ਬਾਅਦ ਅਸੀਂ ਇੱਕ ਹੋਰ ਅਪਡੇਟ ਨੂੰ ਦੇਖਦੇ ਹਾਂ ਸੋ ਪੁਆਇੰਟ ਡੇਟ ਦੀ ਇੱਕ ਹੋਰ ਅਪਡੇਟ ਹੈ ਜੋ ਕਿ ਐਸਸੀਆਰਟੀ ਦੇ ਵੱਲੋਂ ਦਿੱਤੀ ਗਈ ਹੈ ਜਿਸ ਦੇ ਵਿੱਚ 9 ਡੇਟ ਨੂੰ ਹੋਣ ਵਾਲੀ ਜੋ ਪ੍ਰੀਖਿਆ ਹੈ ਈਟੀਟੀ ਫਸਟ ਈਅਰ ਦੀ ਉਸ ਨੂੰ ਕੈਨਸਲ ਕੀਤਾ ਗਿਆ ਐਂਡ ਉਹ ਪ੍ਰੀਖਿਆ ਜੋ ਹੈ 29 ਜਨਵਰੀ ਨੂੰ ਹੋਵੇਗੀ ਸੋ ਇਹ ਦੋ ਅਪਡੇਟਸ ਸੀ ਹੈ ਇਸ ਤੋਂ ਇਲਾਵਾ ਕੋਈ ਵੀ ਹੋਰ ਅਪਡੇਟ ਆਵੇਗੀ ਤਾਂ ਤੁਹਾਨੂੰ ਇਸ ਚੈਨਲ ਤੇ ਮਿਲਣ ਵਾਲੀ ਹੈ ਸੋ ਮਿਲਦੇ ਆ ਨੈਕਸਟ ਵੀਡੀਓ ਚ ਥੈਂਕ ਯੂ